ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਜਲੰਧਰ ਵਰਕਸ਼ਾਪ ਚੌਂਕ ਨਜ਼ਦੀਕ ਸਥਿਤ ਮਸ਼ਹੂਰ HMV ਕਾਲਜ ਦੇ ਬਾਹਰ ਵਿਦਿਆਰਥੀਆਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ ਅਤੇ ਕਾਲਜ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਇਹ ਧਰਨਾ ਪ੍ਰਦਰਸ਼ਨ ਕਾਲਜ ਦੀ ਇੱਕ ਵਿਦਿਆਰਥਣ ਨਾਲ ਕਾਲਜ ਮੈਨੇਜਮੈਂਟ ਵੱਲੋਂ ਬੋਲੀ ਗਈ ਗਲਤ ਸ਼ਬਦਾਵਲੀ ਤੇ ਕਹੇ ਗਏ ਜਾਤੀ ਸੂਚਕ ਸ਼ਬਦਾਵਲੀ ਦੇ ਵਿਰੋਧ ਚ ਲਗਾਇਆ ਗਿਆ। ਕਾਲਜ ਦੀ ਇੱਕ ਵਿਦਿਆਰਥਣ ਨੇ ਕਾਲਜ ਮੈਨੇਜਮੈਂਟ ਤੇ ਉਸ ਨਾਲ ਗਲਤ ਵਿਵਹਾਰ ਅਤੇ ਜਾਤੀ ਸੂਚਕ ਸ਼ਬਦ ਬੋਲਣ ਦੇ ਆਰੋਪ ਲਗਾਏ। ਵਿਦਿਆਰਥਣ ਦਾ ਕਹਿਣਾ ਹੈ ਕਿ ਕਾਲਜ ਪ੍ਰਬੰਧਕ ਵੱਲੋਂ ਉਹਨਾਂ ਦੇ ਨਾਲ ਸਕਾਲਰਸ਼ਿਪ ਨੂੰ ਲੈ ਕੇ ਗਲਤ ਵਿਵਹਾਰ ਕੀਤਾ ਗਿਆ। ਇਸ ਦੇ ਨਾਲ ਹੀ ਜਾਤੀ ਸੂਚਕ ਸ਼ਬਦ ਵੀ ਬੋਲੇ ਗਏ। ਇਸ ਪ੍ਰਦਰਸ਼ਨ ਵਿੱਚ ਦਲਿਤ ਜਥੇਬੰਦੀਆਂ ਨੇ ਵੀ ਵਿਦਿਆਰਥਣ ਦਾ ਸਾਥ ਦਿੱਤਾ ਅਤੇ ਕਾਰਵਾਈ ਦੀ ਮੰਗ ਕੀਤੀ। ਮੈਂ ਸੁਖਵਿੰਦਰ ਸਿੰਘ ਕੋਟਲੀ ਮੇਰਾ ਨਾਂ ਹੈ ਜੀ। ਕੀ ਵਜ੍ਹਾ ਕੀ ਹੈ ਕਿ ਜਿਹੜੀ ਰੋਡ ਜਾਮ ਕੀਤਾ ਹੈ? ਅਸੀਂ ਅੱਜ ਕਾਲਜ ਦੇ ਅੰਦਰ ਆਏ ਸੀ ਔਰ ਕੁਝ ਦਿਨ ਪਹਿਲਾਂ ਵੀ ਸਾਨੂੰ ਬੱਚਿਆਂ ਨੇ ਟੈਲੀਫੋਨ ਕਰਕੇ ਇਹ ਦੱਸਿਆ ਗਿਆ ਕਿ ਇੱਕ ਤਾਂ ਸਾਡੇ ਜਿਹੜੇ ਰੋਲ ਨੰਬਰ ਆ ਉਹ ਕਾਲਜ ਦੀ ਪ੍ਰਿੰਸੀਪਲ ਜਿਹੜੇ ਆ ਉਹ ਸਾਨੂੰ ਨਹੀਂ ਦੇ ਰਹੇ ਔਰ ਦੂਸਰਾ ਹੈ ਕਿ ਉਹ ਸਾਨੂੰ ਅਪਸ਼ਬਦ ਬੋਲਦੀ ਹੈ। ਅਸੀਂ ਅੱਜ ਸਵੇਰੇ ਬਹੁਤ ਸਾਰੀਆਂ ਵੱਖ ਵੱਖ ਜਥੇਬੰਦੀਆਂ ਦੇ ਸਾਥੀ ਇੱਥੇ ਆਏ ਹਾਂ ਔਰ ਅਸੀਂ ਇਮਾਨ ਦੇ ਨਾਲ ਇਹ ਗੱਲ ਤੁਹਾਨੂੰ ਕਹਿ ਰਹੇ ਹਾਂ ਕਿ ਅਸੀਂ ਬੱਚੀਆਂ ਨੂੰ ਮਿਲੇ ਆ ਕੇ ਸਭ ਤੋਂ ਪਹਿਲਾਂ ਅਸੀਂ ਕੋਈ ਸਿੱਧਾ ਆ ਕੇ ਧਰਨਾ ਪ੍ਰਦਰਸ਼ਨ ਨਹੀਂ ਕਰਨ ਲੱਗੇ। ਅਸੀਂ ਬੱਚੀਆਂ ਨੂੰ ਆ ਕੇ ਮਿਲੇ ਹਾਂ ਔਰ ਜੋ ਬੱਚੀਆਂ ਨੇ ਦਾਸਤਾਂ ਸਾਨੂੰ ਦੱਸੀ ਹੈ ਹਾਂ ਪਰੇਸ਼ਾਨ ਕੀਤਾ ਔਰ ਅਸੀਂ ਕੋਈ ਪਰੇਸ਼ਾਨ ਨਹੀਂ ਕਰ ਰਹੇ। ਹਰੇਕ ਬੰਦੇ ਦਾ ਡੈਮੋਸਟ੍ਰੇਸ਼ਨ ਕਰਨਾ ਆਪਣੀ ਗੱਲ ਨੂੰ ਕਹਿਣ ਦਾ ਹਰੇਕ ਕਮਿਊਨਿਟੀ ਦਾ ਕੋਈ ਜਿਹੜੇ ਕੋਈ ਕਿਸੇ ਅਗਰ ਸਾਡੇ ਤੇ ਜ਼ੁਲਮ ਹੋਵੇ ਅਗਰ ਸਾਡੀਆਂ ਬੱਚੀਆਂ ਦੇ ਨਾਲ ਧੱਕੇਸ਼ਾਹੀ ਹੋਵੇ ਅਗਰ ਸਾਡੀਆਂ ਅਸੀਂ ਜ਼ੁਲਮ ਨਹੀਂ ਕਰਾਂਗੇ। ਅਸੀਂ ਅਮਨ ਅਮਾਨ ਦੇ ਨਾਲ ਬੈਠੇ ਹਾਂ ਅਮਨ ਕੋਈ ਪਰੇਸ਼ਾਨੀ ਦੇਸ਼ ਦੇ ਡਾਕਟਰ ਅੰਬੇਡਕਰ ਸਾਹਿਬ ਨੇ ਵਿਧਾਨ ਬਣਾਇਆ। ਇੱਕ ਮਿੰਟ ਐਕਸਕਿਊਜ਼ ਮੀ ਵੀ ਆਰ ਰਿਸਪੋਂਸੀਬਲ ਪਰਸਨ ਅਸੀਂ ਬਹੁਤ ਅੱਛੇ ਤਰੀਕੇ ਦੇ ਨਾਲ ਹਰ ਗੱਲ ਨੂੰ ਸਮਝਣ ਜਾਣਦੇ ਹਾਂ। ਅਸੀਂ ਪਰੇਸ਼ਾਨ ਨਹੀਂ ਕਰ ਰਹੇ ਅਸੀਂ ਆਪਣਾ ਪ੍ਰੋਟੈਸਟ ਕਰ ਰਹੇ ਹਾਂ। ਅਗਰ ਅਸੀਂ ਇੱਥੇ ਆ ਕੇ ਬੈਠੇ ਹਾਂ ਕਮ ਸੇ ਕਮ ਕੋਈ ਸਾਡੀ ਗੱਲ ਸੁਣੇ ਕੋਈ ਐਡਮਿਨਿਸਟ੍ਰੇਸ਼ਨ ਦਾ ਅਧਿਕਾਰੀ ਸਾਡੇ ਕੋਲ ਆਵੇ ਔਰ ਉਹ ਸਾਨੂੰ ਪੁੱਛੇ ਅਗਰ ਉਹ ਸਾਨੂੰ ਪੁੱਛੇ ਵੀ ਤੁਹਾਨੂੰ ਕੀ ਤਕਲੀਫ ਹੈ ਅਸੀਂ ਉਹਨਾਂ ਨੂੰ ਦੱਸੀਏ। ਉਧਰ ਕਾਲਜ ਦੇ ਪ੍ਰਿੰਸੀਪਲ ਦਾ ਕਹਿਣਾ ਹੈ ਕਿ ਕਾਲਜ ਮੈਨੇਜਮੈਂਟ ਵੱਲੋਂ ਕਿਸੇ ਨੂੰ ਗਲਤ ਸ਼ਬਦਾਵਲੀ ਨਹੀਂ ਬੋਲੀ ਗਈ। ਉਹਨਾਂ ਆਰੋਪ ਲਗਾਇਆ ਕਿ ਕੁਝ ਨੇਤਾਵਾਂ ਵੱਲੋਂ ਵਿਦਿਆਰਥੀਆਂ ਨੂੰ ਭੜਕਾਇਆ ਜਾ ਰਿਹਾ ਹੈ। ਮੇਰਾ ਖਿਆਲ ਹੈ ਬੇਟੇ ਤੁਸੀਂ ਲੋਕ ਸਾਰੇ ਮੈਨੂੰ ਬਹੁਤ ਸਾਲਾਂ ਤੋਂ ਜਾਣਦੇ ਹੋ ਸ਼ਾਇਦ ਨਾ ਤਾਂ ਤੁਸੀਂ ਮੇਰੇ ਤੋਂ ਇਹ ਐਕਸਪੈਕਟ ਕਰਦੇ ਹੋ ਅਤੇ ਨਾ ਹੀ ਜਿਸ ਚੇਅਰ ਦੇ ਉੱਤੇ ਮੈਂ ਵਾਂ ਉੱਥੋਂ ਮੈਂ ਐਕਸਪੈਕਟ ਕਰਦੀ ਹਾਂ ਕਿ ਇਸ ਤਰ੍ਹਾਂ ਦੇ ਕੋਈ ਸ਼ਬਦ ਕਿਸੇ ਨੂੰ ਕਹੇ ਜਾਣ। ਕਿਸ ਚੀਜ਼ ਦੇ ਰੋਲ ਨੰਬਰ ਮੈਂ ਦੱਸਦੀ ਬੇਟੇ ਅੱਜ ਤੋਂ 2-2.5 ਮਹੀਨੇ ਪਹਿਲਾਂ ਜਦੋਂ ਫੋਰਮਸ ਜਾਣੇ ਸੀ ਯੂਨੀਵਰਸਿਟੀ ਦੇ ਉਦੋਂ ADC ਸਾਹਿਬ ਦੇ ਆਫਿਸ ਦੇ ਵਿੱਚ ਇਹ ਗੱਲ ਹੋਈ ਸੀ ਕਿ ਇਹ ਸਾਰੇ ਬੱਚੇ ਜਿਹੜੇ ਹੈ ਜਿਨ੍ਹਾਂ ਨੇ ਸਕਾਲਰਸ਼ਿਪ ਲਈ ਅਪਲਾਈ ਕਰਨਾ ਹੈ ਇਹ ਆਪਣੀ ਯੂਨੀਵਰਸਿਟੀ ਦੀ ਫੀਸ ਜਿਹੜੀ ਹੈ ਉਹ ਪੂਰੀ ਦੀ ਪੂਰੀ ਦੇਣਗੇ। ਇਹ ਜਿਹੜੇ 4 ਬੱਚਿਆਂ ਦਾ ਰੈਫਰੈਂਸ ਆ ਰਿਹਾ ਬਾਰ ਬਾਰ ਇਹਨਾਂ ਬੱਚਿਆਂ ਨੇ ਅੱਜ ਤੱਕ ਆਪਣੀ ਯੂਨੀਵਰਸਿਟੀ ਦੀ ਫੀਸ ਜਮ੍ਹਾਂ ਨਹੀਂ ਕਰਾਈ ਦੀ। ਅਸੀਂ ADC ਸਾਹਿਬ ਦੇ ਕਹਿਣ 'ਤੇ ਸਪਟੈਂਬਰ ਦੇ ਵਿੱਚ ਇਹਨਾਂ ਦੇ ਫੋਰਮਸ ਭੇਜ ਦਿੱਤੇ ਸੀ ਹੁਣ ਜਦੋਂ ਰੋਲ ਨੰਬਰ ਦੇਣ ਦੀ ਵਾਰੀ ਆਈ ਹੈ ਤਾਂ ਨੈਚੁਰਲੀ ਉਹ ਆਪਣੀ ਫੀਸ ਜਮ੍ਹਾਂ ਕਰਾਉਣਗੇ ਤਾਂ ਹੀ ਉਹਨਾਂ ਨੂੰ ਉਹ ਰੋਲ ਨੰਬਰ ਦਿੱਤੇ ਜਾ ਸਕਦੇ ਆ। ਸਰ ਇਹ ਤਾਂ ਉਹੀ ਆਪਣੀ ਗੱਲ ਨੂੰ ਜ਼ਿਆਦਾ ਜਾਇਜ਼ ਦੱਸ ਸਕਦੇ ਨੇ ਕਿ ਉਹ ਕਿਉਂ ਪ੍ਰੋਟੈਸਟ ਕਰ ਰਹੇ ਨੇ ਕਿਉਂਕਿ ਜਦ ਉਹਨਾਂ ਨੂੰ ਪਤਾ ਹੈ ਕਿ ਉਹਨਾਂ ਨੇ ਯੂਨੀਵਰਸਿਟੀ ਚਾਰਜਿਸ ਦੇਣੇ ਹੈ ਤਾਂ ਫਿਰ ਉਹਨਾਂ ਨੂੰ ਉਹ ਯੂਨੀਵਰਸਿਟੀ ਚਾਰਜਿਸ ਦੇਣ ਲਈ ਮੇਰੇ ਕੋਲ ਜਾਂ ਖੰਨਾ ਜੀ ਦੇ ਕੋਲ ਆਉਣ ਦੀ ਕੋਈ ਜ਼ਰੂਰਤ ਹੀ ਨਹੀਂ ਸੀ। ਇਸ ਧਰਨੇ ਕਾਰਨ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ। ਜਲੰਧਰ ਤੋਂ ਰਵੀ ਗਿੱਲ ਦੀ ਰਿਪੋਰਟ। ਨਵੀਆਂ ਤੇ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ YouTube ਚੈਨਲ ਸਬਸਕ੍ਰਾਈਬ ਕਰੋ। ਸਾਂਝ ਟੀਵੀ ਤੇ ਸਿਰਫ ਖਬਰਾਂ ਜਾਣਨ ਦੇ ਲਈ ਨਹੀਂ ਸੱਭਿਆਚਾਰਕ ਪ੍ਰੋਗਰਾਮ, ਖਾਸ ਮੁਲਾਕਾਤ ਦੇ ਵਿੱਚ ਸੋਸ਼ਲ ਇਸ਼ੂ, ਪੋਲੀਟੀਕਲ ਇਸ਼ੂ, ਇਹਨਾਂ ਸਾਰੇ ਇਸ਼ੂਜ਼ ਨੂੰ ਜਾਣਨ ਦੇ ਲਈ ਸਬਸਕ੍ਰਾਈਬ ਕਰੋ ਆਪਣਾ YouTube ਚੈਨਲ ਸਾਂਝ ਟੀਵੀ।